ਮਰਨੇ ਤੇ ਕਿਆ ਡਰ
Thank you.
क्षत्री को पूत हो ब्राह्मण को नाहे क्षत्री को पूत हो क्षत्री को पूत हो क्षत्री को पूत हो ब्राह्मण को नाहे क्षत्री को पूत हो क्षत्री को
जब आओ
ਸਤਿਗੁਰੂ ਗਰੀਬ ਨਿਵਾਜ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਬੈਠੇ ਸਤਸੰਗੀ ਜਨੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਰੀਬ ਨਿਵਾਜ ਦੇ ਚਰਨਾਂ ਵਿੱਚ ਬੈਠ ਕੇ ਆਪਣੇ ਸਵਾਸਾਂ ਨੂੰ ਤੁਸੀਂ ਸਫਲ ਬਣਾ ਰਹੇ ਹੋ। ਸਤਿਗੁਰਾਂ ਨੇ ਭਾਵੇਂ ਕਿ ਆਪਣਾ ਸਰਬੰਸ ਵਾਰਿਆ ਅਤੇ ਵਾਰ ਕੇ ਵੀ ਇਹ ਕਿਹਾ ਕਿ ਪੰਥ ਵਸੇ, ਪੰਥ ਮੇਰਾ ਵਸਦਾ ਰਹੇ, ਮੇਰਾ ਭਾਵੇਂ ਕੁਛ ਨਾ ਰਹੇ ਅਤੇ ਮਨ ਸਦਾ ਹੀ ਖੇੜਾ ਰੱਖਿਆ। ਅੱਜ ਅਸੀਂ ਛੋਟੀਆਂ ਛੋਟੀਆਂ ਮੁਸ਼ਕਲਾਂ 'ਤੇ ਵੀ ਮਨ ਛੇਤੀ ਹੀ ਡੇਗ ਲੈਂਦੇ ਹਾਂ, ਕਿਉਂਕਿ ਅਸੀਂ ਸੰਸਾਰ ਦੇ ਨਾਲ ਮੋਹ ਹੈ ਸਾਡਾ ਅਤੇ ਉਹ ਤਾਂ ਆਪ ਸਨ ਜਿਹੜੇ ਕਹਿੰਦੇ ਸੀ ਮੈਂ ਹੁਣ ਪਰਮ ਪੁਰਖੋ ਦਾਸਾ ਦਿੱਖ ਨਿਆਇਓ ਜਗਤ ਤਮਾਸ਼ਾ।
ਆਪਣੇ ਆਪ ਨੂੰ ਇੰਨੀ ਨਿਮਰਤਾ ਵਿੱਚ ਰੱਖ ਕੇ ਉਸ ਪਰਮੇਸ਼ਵਰ ਦਾ ਦਾਸ ਕਹਿਣਾ ਇਹ ਬੜੀ ਵੱਡੀ ਗੱਲ ਹੈ। ਅੱਜ ਅਸੀਂ ਉਸ ਚੋਜੀ ਪ੍ਰੀਤਮ ਦੇ ਚੋਜਾਂ ਨੂੰ ਨਹੀਂ ਜਾਣ ਸਕਦੇ ਜਿਹੜੇ ਉਹਨਾਂ ਨੇ ਸਾਡੇ 'ਤੇ ਬਖਸ਼ਿਸ਼ ਕੀਤੀ ਹੈ। ਸ਼ਬਦ 'ਤੇ ਮੈਂ ਆਪਣੀ ਜੋ ਮਰਜ਼ੀ ਸੀ ਉਹਦੇ ਨਾਲ ਪੜ੍ਹਨਾ ਚਾਹੁੰਦਾ ਸੀ, ਪਰ ਆਪ ਦੇ ਹੁਕਮ ਜ਼ਿਆਦਾ ਨੇ, ਮੈਂ ਯਤਨ ਕਰਾਂਗਾ। ਸਮਾਂ ਤਕਰੀਬਨ ਵੀ 25 ਮਿੰਟ ਹੋਰ ਨੇ, ਉਹਨਾਂ ਵਿੱਚ ਮੇਰੇ ਕੋਲ ਕੁਛ ਗੁਰਸਿੱਖਾਂ ਨੇ ਹੁਕਮ ਭੇਜੇ ਨੇ, ਯਤਨ ਕਰਾਂਗਾ ਸਮੇਂ ਵਿੱਚ ਰਹਿ ਕੇ ਆਪ ਜੀ ਦੀ ਅਸੀਸ ਲਵਾਂ। ਆਓ ਆਪਾਂ ਗੁਰੂ ਕੇ ਸ਼ਬਦ ਨਾਲ ਜੁੜਦੇ ਹੋਏ ਆਪਣੇ ਸਵਾਸਾਂ ਨੂੰ ਸਫਲ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਨੀਆਂ ਨੈਣ ਤਰਸਨ ਦਰਸ ਪਰਸਨ ਨਹਿ ਨੀਂਦ ਰਹਿਣ ਵਿਹਾਨੀਆਂ ਨੈਣ ਤਰਸਨ ਦਰਸ ਪਰਸਨ ਨੈਣ ਤਰਸਨ ਦਰਸ ਪਰਸਨ ਨੈਣ ਤਰਸਨ ਦਰਸ ਪਰਸਨ ਦਰਸ ਪਰਸਨ ਨਹਿ ਨੀਂਦ।
ਨਸੀਬ ਦੇਲੇ ਬਾਪ ਪੁੰਜ ਕੋ ਮਲਤ ਹੈ ਪੂਰਨ ਪ੍ਰਤਾਪ ਪਾਇਓ।
ਹਰ ਜਪਦਿਆ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਹਰ ਜਪਦਿਆ ਖਿਨ ਢਿੱਲ ਨਾ ਕੀਜੇ ਮੇਰੀ ਜਿੰਦੜੀਏ ਹਰ ਜਨ ਨਾਨਕ ਨਾਮ ਤੇ ਆਇਆ
ਸਤਿਗੁਰੂ ਜੀ ਸਭਨਾਂ ਦੀ ਹਾਜ਼ਰੀ ਦਾ ਪ੍ਰਵਾਨ ਕਰ। ਆਪਾਂ ਅਕਸਰ ਹੀ ਸਤਿਗੁਰਾਂ ਦੇ ਅੱਗੇ ਬੇਨਤੀ ਕਰਦੇ ਹਾਂ ਕਿ ਸੱਚੇ ਪਿਆਰੇ ਸੱਚੇ ਪਾਤਸ਼ਾਹ ਜੀ ਐਸੇ ਪਿਆਰਿਆਂ ਦਾ ਮੇਲ ਕਰਾਓ ਜਿਨ੍ਹਾਂ ਮਿਲਿਆ ਤੇਰਾ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਿੱਤਿਆ। ਗਰੀਬ ਨਿਵਾਜ ਬਖਸ਼ਿਸ਼ ਕਰਨ, ਸਾਨੂੰ ਇਹੋ ਜਿਹੇ ਗੁਰਮੁਖਾਂ ਦੀ ਸੰਗਤ ਮਿਲਦੀ ਰਹੇ ਜਿਨ੍ਹਾਂ ਨੇ ਇੰਨਾ ਵਧੀਆ ਉਦਮ ਉਪਰਾਲਾ ਕਿ ਸਾਨੂੰ ਗੁਰੂ ਨਾਲ ਜੋੜਨ ਦਾ ਯਤਨ ਕੀਤਾ ਹੈ। ਅਤੇ ਗੁਰੂ ਨਾਲ ਜੋੜਨ ਵਾਲੇ ਨੂੰ ਸਤਿਗੁਰੂ ਕਹਿੰਦੇ ਨੇ, ਕੋਈ ਜਨ ਹਰਸਨ ਦੇਵੈ ਜੋਰ ਚਰਨ ਗਹੋਂ ਬਕੋਂ ਸੁਭ ਰਸਨਾ ਦੀ ਜਹ ਪ੍ਰਾਨ। ਮਹਾਰਾਜ ਸਾਹਿਬ ਜੀ ਕਹਿੰਦੇ ਨੇ, ਜਿਹੜਾ ਮੈਨੂੰ ਗੁਰੂ ਦੇ ਨਾਲ ਜੋੜੇ ਮੈਂ ਉਹਦੇ ਚਰਨ ਫੜ ਲਵਾਂ, ਰਸਨਾ ਤੋਂ ਦਾ ਧੰਨਵਾਦ ਕਰਾਂ, ਦੀਜੇ ਪ੍ਰਾਣ ਹੋਰ ਮੈਂ ਆਪਣੇ ਪ੍ਰਾਣ ਵੀ ਉਸ ਪਿਆਰੇ ਤੋਂ ਨਿਸ਼ਾਵਰ ਕਰਦੇ ਹਾਂ। ਅਤੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਸਾਨੂੰ ਇਹੋ ਜਿਹੇ ਪਿਆਰਿਆਂ ਦੀ ਲੋੜ ਹੈ। ਦਾਤਾ ਜੀ ਕਿਰਪਾ ਕਰਨ, ਭਾਈ ਸਾਹਿਬ ਜੀ ਦਾ ਭਾਈ ਸਾਹਿਬ ਭਾਈ ਕੁਲਵੰਤ ਸਿੰਘ ਜੀ ਜਿਨ੍ਹਾਂ ਦੀ ਪਛਾਣ ਮੈਨੂੰ ਦੱਸਣ ਦੀ ਲੋੜ ਨਹੀਂ ਹੈ, ਤੁਸੀਂ ਸਾਰੇ ਜਾਣਦੇ ਹੋ। ਦਾਤਾ ਮਿਹਰ ਕਰਨ ਜਿਹੜਾ ਉਦਮ ਉਪਰਾਲਾ ਇਹਨਾਂ ਨੇ ਆਪ ਸੰਗਤਾਂ ਦੇ ਨਾਲ ਜੁੜ ਕੇ ਸ਼ੁਰੂ ਕੀਤਾ ਹੈ, ਜਿਹੜਾ ਉਪਰਾਲਾ ਇਹ ਕਰ ਰਹੇ ਨੇ। ਗਰੀਬ ਨਿਵਾਜ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਹਨਾਂ ਦੇ ਸਿਰ 'ਤੇ ਹੱਥ ਇਸੇ ਤਰ੍ਹਾਂ ਬਣਾਈ ਰੱਖਣ, ਆਪਣੇ ਦਰ ਦੀ ਸੇਵਾ ਨਾਮਦਾਨ ਗੁਰਸਿੱਖੀ ਜੀ ਨੂੰ ਬਖਸ਼ਿਸ਼ ਕਰਦੇ ਰਹਿਣ। ਆਪ ਜੀ ਨਾਲ ਕੀਰਤਨ ਦੀ ਸਾਂਝ ਕਰਨੇ ਫੁੱਲਾਂ ਚੁੱਕਾਂ ਖਿਮਾ ਕਰਨੀਆਂ ਜੀ, ਸੁੱਖ ਹੋਵੇ ਨਾਮ ਜਿੱਤਿਆ ਹੋਵੇ ਨਾਨਕ ਨਾਮ ਚੜ੍ਹਦੀ ਕਲਾ ਵਾਹਿਗੁਰੂ ਜੀ ਕੀ ਫਤਿਹ। ਸਤਸੰਗ